ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਮਦਮ ਟਕਸਾਲ ਦੇ ਮੁੱਖ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਜੀ, ਉਹਨਾਂ ਦਾ ਬਿਆਨ ਭਾਈ ਢੱਡਰੀਆਂ ਵਾਲਿਆਂ ਦੇ ਪ੍ਰਤੀ ਆਇਆ ਹੈ। ਉਹਨਾਂ ਦਾ ਕਹਿਣਾ ਹੈ, ਭਾਈ ਢੱਡਰੀਆਂ ਵਾਲੇ ਦੀ ਸਟੇਜ ਛੱਡਣ ਪ੍ਰਤੀ ਪੁੱਠੀ ਗਿਣਤੀ ਹੋ ਚੁੱਕੀ ਹੈ। ਭਾਈ ਢੱਡਰੀਆਂ ਵਾਲਿਆ, ਜਿਹੜਾ ਤੂੰ ਦਮਦਮ ਟਕਸਾਲ 'ਤੇ ਤੰਜ ਕੱਸ ਰਿਹਾ, ਇੱਥੇ ਤਾਂ ਸਿਰ ਵਾਰੇ ਜਾਂਦੇ ਹਨ, ਸਰਿੰਜਾਂ ਨਾਲ ਖੂਨ ਦੇ ਪਿਆਲੇ ਭਰਨ ਦਾ ਰਿਵਾਜ ਨਹੀਂ। ਅੱਗੇ ਭਾਈ ਸਾਹਿਬ ਜੀ ਨੇ ਕਿਹਾ ਹੈ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀਓ, ਮਾਮਲਾ ਤਾਂ ਸਿਰਫ ਇੰਨਾ ਸੀ ਕਿ ਤੁਸਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਸੰਗਤ ਨਾਲ ਲਗਾਤਾਰ ਕੌਲ ਕੀਤਾ ਕਿ ਮੇਰੇ ਨਾਮ ਕੋਈ ਪ੍ਰਾਪਰਟੀ ਨਹੀਂ, ਜੇ ਨਿਕਲ ਆਵੇ ਮੈਨੂੰ ਸਟੇਜ ਤੋਂ ਲਾਹ ਦਿਓ। ਮੈਂ ਤਾਂ ਸਿਰਫ ਕੁਝ ਇੱਕ ਜ਼ਮੀਨ ਦਾ ਖੁਲਾਸਾ ਕਰਦਿਆਂ ਤੁਹਾਨੂੰ ਆਪਣਾ ਕੌਲ ਯਾਦ ਕਰਾਇਆ ਸੀ, ਤੁਸਾਂ ਤਾਂ ਸਫਾਈਆਂ ਦੇਣ ਲੱਗਿਆਂ ਕਿੱਥੇ ਚੜ੍ਹੇ ਕਿੱਥੇ ਉਤਰੇ ਪਤਾ ਹੀ ਨਹੀਂ ਲੱਗਿਆ। ਮੈਨੂੰ ਅਫਸੋਸ ਹੈ ਕਿ ਆਪਣਾ ਰੁਤਬਾ ਅਤੇ ਆਪਣੀ ਭਾਸ਼ਾ ਦਾ ਵੀ ਤੁਹਾਡੇ ਤੋਂ ਖਿਆਲ ਰੱਖਣਾ ਹੋਇਆ, ਇੱਕ ਝੂਠ ਦਾ ਪਰਦਾ ਫਾਸ਼ ਹੋਏ ਨਾ, ਫਿਰ ਕੀ ਹੋਇਆ, ਹਾਲੇ ਬਹੁਤ ਕੁਝ ਬਾਕੀ ਹੈ। ਤੁਸਾਂ ਹੁਣ ਦਾਅਵਾ ਕੀਤਾ ਹੈ ਕਿ 32 ਕਿੱਲੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਪਹਿਲਾਂ ਲਵਾ ਚੁੱਕਾ, ਜੇ ਮੈਂ ਇਸ ਦਾ ਸਬੂਤ ਮੰਗ ਲਵਾਂ ਤਾਂ ਵੀ ਤੁਸਾਂ ਤੋਂ ਦੇ ਨਹੀਂ ਹੋਣਾ, ਜੇ ਹੈ ਸਬੂਤ ਤਾਂ ਦਿਖਾਓ ਸੰਗਤ ਨੂੰ। ਮੈਂ ਇੱਕ ਆਮ ਇਨਸਾਨ ਹਾਂ, ਮੇਰਾ ਕੋਈ ਲੈਵਲ ਨਹੀਂ, ਭਾਵੇਂ ਵਿਵਾਦਿਤ ਹੀ, ਪਰ ਤੁਸੀਂ ਇੱਕ ਸਿੱਧ ਪ੍ਰਚਾਰਕ ਹੋ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤੁਸੀਂ ਪ੍ਰਾਈਮ ਟਾਈਮ ਵਾਲੇ ਸੰਤ ਬਾਬਾ ਨੰਬਰ 1 ਹੋ, ਪਰ ਸੰਤਾਂ ਵਾਲਾ ਜੀਵਨ ਕਿੱਥੇ ਹੈ ਤੁਹਾਡਾ? ਨਾ ਹੀ ਬਚਨ, ਨਾ ਪਹਿਰਾਵਾ, ਭੜਕੀਲਾ ਲਿਬਾਸ, ਕਿਸ ਗੁਰਸਿੱਖ ਦੇ ਹਿੱਸੇ ਆਇਆ ਹੁਣ ਤੱਕ? ਪਤਾ ਨਹੀਂ ਕਿਸ ਗੱਲ ਤੋਂ ਕਲਪੇ ਸੀ ਕਿ ਸਾਰੇ ਬਾਬਿਆਂ ਨੂੰ ਵੀ ਨਾਲ ਵਲੇਟ ਲਿਆ, ਜਦਕਿ ਪਤਾ ਕਿ 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ। ਸਭ ਮੇਰਾ ਪਾਣੀ ਭਰਦੇ ਸੀ, ਇਹ ਤਾਂ ਹੰਕਾਰ ਸਿਰ ਚੜ੍ਹ ਕੇ ਬੋਲਣ ਵਾਲੀ ਗੱਲ ਹੈ ਨਾ, ਰਾਗਾਂ ਦੀ ਮੈਨੂੰ ਸਮਝ ਨਹੀਂ, ਤੁਹਾਨੂੰ ਤਾਂ ਹੈ ਕੱਚੀ ਬਾਣੀ ਅਤੇ ਧਾਰਨਾ, ਛੱਡ ਰਾਗਾਂ 'ਚ ਕੀਰਤਨ ਕਰਨ 'ਚ ਤੁਹਾਨੂੰ ਕਿਉਂ ਤਕਲੀਫ ਹੈ? ਤੁਹਾਡੇ ਕੋਲ ਸੁਰੀਲੀ ਆਵਾਜ਼ ਹੈ, ਫਿਰ ਇਹ ਸਭ ਪ੍ਰਪੰਚ ਕਿਉਂ? ਜਾਓ, ਮੈਂ ਤੁਹਾਡੇ ਖਿਲਾਫ ਨਹੀਂ ਬੋਲਾਂਗਾ। ਜੋ ਸਮਾਂ ਤੁਸਾਂ ਸਟੇਜ 'ਤੇ ਮੇਰੇ 'ਤੇ ਲਾਉਣਾ, ਉਹ ਸਿੱਖਾਂ ਨੂੰ ਗੁਰੂ ਪ੍ਰਤੀ ਸ਼ਰਧਾ ਵਧਾਉਣ ਅਤੇ ਨਿਰੋਲ ਗੁਰਬਾਣੀ ਕੀਰਤਨ 'ਤੇ ਲਾਓ, ਮੈਨੂੰ ਖੁਸ਼ੀ ਹੋਵੇਗੀ। ਨਾਕਾਰਤਮਕ ਗੱਪ ਕਹਾਣੀਆਂ ਛੱਡੋ, ਸਿੱਖੀ ਪ੍ਰਚਾਰ ਦੀ ਥਾਂ ਤਰਕ ਸ਼ਾਸਤਰ ਲੈ ਕੇ ਸਿੱਖ ਨੂੰ ਹੀ ਗੁਰੂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਿਉਂ? ਕੀ ਇਹੀ ਅਪਗ੍ਰੇਡ ਹੋਣਾ ਹੈ? ਤੁਹਾਡੇ ਵੱਲੋਂ ਤਰਕ ਸ਼ਾਸਤਰ ਰਾਹੀਂ ਅਪਗ੍ਰੇਡ ਕੀਤੇ ਲੋਕ ਤਾਂ ਉਹੀ ਹੈ ਨਾ, ਜਿਨ੍ਹਾਂ ਨੂੰ ਤੁਹਾਡੇ ਗਾਟਾ ਲਾ ਦੇਣ ਪ੍ਰਸੰਗ 'ਤੇ ਵੀ ਜੈਕਾਰੇ ਛੱਡ ਜਾ ਰਹੇ ਨੇ। ਕਿਆ ਅਪਗ੍ਰੇਡ ਹੋਏ? ਚਲੋ ਕੋਈ ਨਾ, ਇੰਜ ਕਰੋ ਕਿ ਅਪਗ੍ਰੇਡ ਕੀਤੇ ਗਏ ਕਿਸੇ ਇੱਕ ਨੂੰ ਹੀ ਦਮਦਮ ਟਕਸਾਲ ਦੇ ਸਿੰਘ ਨਾਲ ਵਿਚਾਰ ਕਰਨ ਲਈ ਬਿਠਾ ਦਿਓ, ਹਿੰਮਤ ਜੁਟਾਓ, ਨਹੀਂ ਤਾਂ ਦੁਕਾਨਾਂ ਤਾਂ ਬੰਦ ਹੋ ਹੀ ਰਹੀਆਂ। ਤੁਹਾਡਾ ਹਰਿੰਦਰ ਸਿੰਘ ਵੀ ਤੁਹਾਡੇ ਵਾਂਗ ਪੱਖ ਰੱਖਣ ਤੋਂ ਭੱਜ ਗਿਆ, ਇਸ ਨੂੰ ਜਿੱਤ ਨਹੀਂ ਭਗੌੜਾ ਕਹੀਦਾ। ਤੁਸੀਂ ਦਮਦਮੀ ਟਕਸਾਲ ਦੀਆਂ ਜ਼ਮੀਨਾਂ ਦੀ ਗੱਲ ਕਰਦੇ ਹੋ, ਭਾਈ ਸਾਹਿਬ ਇੱਥੇ ਕੌਮ ਲਈ ਸਿਰ ਵਾਰੇ ਜਾਂਦੇ ਨੇ, ਸਰਿੰਜਾਂ ਨਾਲ ਖੂਨ ਕੱਢਣ ਦਾ ਰਿਵਾਜ ਨਹੀਂ। 200 ਪੁਲਿਸ ਸੁਰੱਖਿਆ ਕਰਮੀ ਸਰਕਾਰਾਂ ਤੋਂ ਲੈ ਕੇ ਤੁਰੋਗੇ ਤਾਂ ਰੱਬ 'ਤੇ ਵਿਸ਼ਵਾਸ ਕਿੱਥੇ ਰਹਿ ਜਾਊ? ਭਾਈ ਸਾਹਿਬ, ਸੰਤ ਜਾਂ ਗੁਰੂ ਵਾਲਾ ਬਣਨ ਲਈ ਆਪਣੇ ਆਪ ਨੂੰ ਸਿੱਧ ਕਰਨਾ ਪੈਂਦਾ। ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਰਾਜਨੀਤਿਕ ਪੰਥਕ ਸ਼ਕਤੀ ਦਾ ਸੋਮਾ ਹੈ। ਸਿੱਖ ਪੰਥ ਹਮੇਸ਼ਾ ਤੋਂ ਇੱਥੋਂ ਸੇਧ ਲੈਂਦੀ ਆਈ ਹੈ। 18ਵੀਂ ਸਦੀ ਦੌਰਾਨ ਪੰਥ ਨੇ ਜਿੱਥੇ ਸ਼ਾਹਜਮਾਨ ਨਾਲ ਵੱਡੀ ਟੱਕਰ ਲਈ ਤਾਂ ਅਬਦਾਲੀ ਨੂੰ ਵੀ ਭਜਾਇਆ, ਜਿਸ ਮਹਾਰਾਜੇ ਕੋਲ ਪ੍ਰਸਿੱਧ ਵਿਦੇਸ਼ੀ ਜਰਨੈਲ ਨੌਕਰੀ ਕਰਨ ਤੋਂ ਫਖਰ ਮਹਿਸੂਸ ਕਰਦੇ ਸਨ, ਉਸ ਸ਼ੇਰੇ ਪੰਜਾਬ ਨੇ ਵੀ ਇੱਥੇ ਆਣ ਸੀਸ ਚੁਕਾਇਆ, ਜਿਸ ਵੱਲ ਮੂੰਹ ਕਰਨ ਤੋਂ ਵੀ ਤੁਸੀਂ ਕਤਰਾਉਂਦੇ ਹੋ। ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕਾਰਜ ਭਾਰ ਸੰਭਾਲਣ ਨਾਲ ਸਿਧਾਂਤਕ ਨੁਕਤਾ ਮਜ਼ਬੂਤੀ ਵੱਲ ਜਾ ਰਿਹਾ ਹੈ, ਕੋਈ ਕਮਜ਼ੋਰ ਦਿੱਖ ਨਹੀਂ।
ਦੇਸ਼ ਵਿਦੇਸ਼ ਦੇ ਦੌਰਿਆਂ ਦੌਰਾਨ ਸਿਧਾਂਤਕ ਪੁਜੀਸ਼ਨ ਲਈ ਬੈਠੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖੁਦਮੁਖਤਿਆਰੀ ਲਈ ਪੰਥ ਦੇ ਸਰੋਕਾਰਾਂ ਲਈ ਨੀਤੀਆਂ ਅਪਣਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ 'ਤੇ ਪਹਿਰਾ ਦੇਣ ਵਾਲੇ ਜਥੇਦਾਰ ਨੂੰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਹਸਤੀ ਨੂੰ ਨਿਖੇੜਿਆ ਨਹੀਂ ਜਾ ਸਕਦਾ। ਹੁਣ ਤੱਕ ਭਾਈ ਢੱਡਰੀਆਂ ਵਾਲੇ ਪ੍ਰਤੀ ਉਹਨਾਂ ਕੋਈ ਟਿੱਪਣੀ ਨਹੀਂ ਕੀਤੀ, ਫਿਰ ਭਾਈ ਸਾਹਿਬ ਕਿਉਂ ਜਥੇਦਾਰ 'ਤੇ ਨਿਸ਼ਾਨਾ ਸਾਧ ਰਿਹਾ ਹੈ? ਨਹੀਂ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਹਾਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨੇ 'ਤੇ ਲੈ ਰਿਹਾ ਹੈ, ਤਾਂ ਮੈਂ ਕਹਿਣਾ ਬਣਦਾ ਹੈ ਕਿ ਤੂੰ ਨਹੀਂ ਬੋਲਦੀ ਰਕਾਨੇ, ਤੇਰੇ ਪਿੱਛੇ ਤੇਰਾ ਨਾਮ ਬੋਲਦਾ। ਇਹ ਫਤੋ ਦੇ ਯਾਰ ਉਸੇ ਵਿਚਾਰਧਾਰਾ ਦੀ ਪੈੜ ਹੈ ਜੋ ਸ਼੍ਰੀ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਿੱਖ ਮਾਨਸਿਕਤਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼ਕਤੀ ਹੋਂਦ ਹਸਤੀ ਨਾਲ ਤੋੜਨ ਦੀ ਡੂੰਘੀ ਸਾਜਿਸ਼ ਦੇ ਮਨਵਸ ਰਿਹਾ। ਕਿ ਭਾਈ ਢੱਡਰੀਆਂ ਵਾਲੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਜਥੇਦਾਰ ਪ੍ਰਤੀ ਬੇਤਹਾਸ਼ਾ ਕਲਪਨਾ ਹੁਕਮਰਾਨਾਂ ਦੀ ਇਸੇ ਸਾਜਿਸ਼ ਦਾ ਹਿੱਸਾ ਨਹੀਂ, ਪੰਥ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਭਾਈ ਢੱਡਰੀਆਂ ਵਾਲਾ ਵੱਲੋਂ ਸਤਾਏ ਗਏ ਲੋਕ ਅੱਜ ਖੁੱਲ੍ਹ ਕੇ ਸਾਹਮਣੇ ਆਉਣ ਲਈ ਤਿਆਰ ਹੋ ਚੁੱਕੇ ਹਨ, ਕਈ ਤਾਂ ਦਾਸ ਦੇ ਸੰਪਰਕ ਵਿੱਚ ਹਨ ਅਤੇ ਇਨਸਾਫ ਲੋਚਦੇ ਹਨ। ਇਹ ਕਹਿ ਲਿਆ ਜਾਵੇ ਕਿ ਢੱਡਰੀਆਂ ਵਾਲਾ ਦੀ ਸਟੇਜ ਪ੍ਰਤੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸੋ ਇਹ ਦਰਸ਼ਕੋ ਪ੍ਰੋਫੈਸਰ ਸਰਚਾਂਦ ਸਿੰਘ ਜੀ ਦਾ ਬਿਆਨ ਸੀ, ਆਪ ਸੰਗਤਾਂ ਨੇ ਸੁਣਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।